ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੇ ਲਈ ਵਿਜੇ ਰੂਪਾਨੀ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਨਾਲ ਵਿਜੇ ਸਾਵਲਾ ਪਹੁੰਚੇ, ਪਰ ਜਦੋਂ ਤੱਕ ਰਵਨੀਤ ਬਿੱਟੂ ਡੀਸੀ ਦਫ਼ਤਰ ਪਹੁੰਚੇ ਤਾਂ ਕਿਹਾ ਕਿ ਉਹਨਾਂ ਦੀ ਫਾਈਲ ਉਹਨਾਂ ਦੇ ਕੋਲ ਨਹੀਂ ਹੈ। ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਸ ਕੋਲ ਫਾਈਲ ਹੈ ਉਹਨਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਸੀ। 1 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਰਵਨੀਤ ਬਿੱਟੂ ਦੀ ਨਾਮਜ਼ਦਗੀ ਪੱਤਰ ਵਾਲੀ ਫਾਈਲ ਨੂੰ ਮੁੱਖ ਚੋਣ ਅਫਸਰ ਉਡੀਕਦੀ ਰਹੀ, ਜਿਸ ਤੋਂ ਬਾਅਦ ਬਾਹਰ ਖੜ੍ਹੇ ਵੱਖ ਵੱਖ ਹੋਰ ਪਾਰਟੀਆਂ ਦੇ ਉਮੀਦਵਾਰ ਅਤੇ ਆਜ਼ਾਦ ਉਮੀਦਵਾਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਪੱਖਪਾਤ ਹੋ ਰਿਹਾ ਹੈ, ਰਵਨੀਤ ਬਿੱਟੂ ਅੰਦਰ ਹੈ ਜਿਸ ਕਰਕੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਇਸ ਦੌਰਾਨ ਜੰਮ ਕੇ ਹੰਗਾਮਾ ਹੋਇਆ ਅਤੇ ਟੀਟੂ ਬਾਣੀਆਂ ਜ਼ਮੀਨ ਤੇ ਬੈਠ ਗਏ ਅਤੇ ਇਸ ਦੌਰਾਨ ਰਵਨੀਤ ਬਿੱਟੂ ਵੱਲੋਂ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਦੌਰਾਨ ਰਵਨੀਤ ਬਿੱਟੂ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਲੁਧਿਆਣਾ ਪੂਰਾ ਇੱਕ ਪਾਸੇ ਹੋ ਗਿਆ। ਉਹਨਾਂ ਨੇ ਕਿਹਾ ਕਿ ਪਹਿਲਾਂ ਕਦੇ ਕਿਸੇ ਨੇ ਇੰਨਾ ਇਕੱਠ ਵੇਖਿਆ ਹੈ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰ ਬਾਹਰੋਂ ਗੱਡੀਆਂ ਮੰਗਵਾਉਂਦੇ ਹਨ, ਬਾਹਰੋਂ ਜ਼ਿਲ੍ਹਾ ਪ੍ਰਸ਼ਾਸਨ ਬੁਲਾਉਂਦੇ ਹਨ, ਪਰ ਲੁਧਿਆਣਾ ਦੇ ਲੋਕ ਅੱਜ ਭਾਜਪਾ ਦੇ ਨਾਲ ਇਕੱਠੇ ਹੋਏ ਹਨ। ਉਹਨਾਂ ਨੇ ਕਿਹਾ ਕਿ ਚੌਥੀ ਵਾਰ ਜਿੱਤਾਂਗੇ ਅਤੇ ਹੈਟ੍ਰਿਕ ਲਾਵਾਂਗੇ। ਤੁਸੀਂ ਦੇਖ ਕੇ ਆਏ ਹੋ ਅੱਖਾਂ ਨੂੰ, ਲੋਕਾਂ ਨੇ ਅੱਜ ਫੈਸਲਾ ਕਰਤਾ ਤੇ 4 ਤਰੀਕ ਨੂੰ ਰਿਜ਼ਲਟ ਆਜੂਗਾ। ਮੇਰੇ ਵਿਰੋਧੀ ਵੀ ਮੈਨੂੰ ਹੀ ਵੋਟ ਪਾਉਣੀ ਆ, ਕਿੱਥੇ ਜਾਣਾ ਵਿਰੋਧੀਆਂ ਨੇ, ਹੋਰ ਬਾਹਰਲਿਆਂ ਨੂੰ ਪਾਉਣੀ ਆ, ਲੁਧਿਆਣੇ ਵਾਲਿਆਂ ਨੂੰ ਵੋਟ ਪਾਉਣਗੇ। ਤੀਜੀ ਵਾਰ ਹੈਟ੍ਰਿਕ ਹੋਏਗੀ ਲੁਧਿਆਣੇ ਤੋਂ, ਚੌਥੀ ਵਾਰ ਨਹੀਂ ਲੁਧਿਆਣੇ, ਲੁਧਿਆਣੇ ਤੋਂ 100% ਕੋਈ ਗੱਲ ਨੀ ਕਰਦੇ ਉਹਦਾ ਬਾਅਦ ਮੈਂ ਬੋਲਿਆ ਉੱਥੇ ਇਹ ਬਾਅਦ ਚ ਕਰਾਂਗੇ ਨੋਮੀਨੇਸ਼ਨ ਕਰ। ਆਹ ਦੇਖੋ ਤੁਸੀਂ ਲੋਕਾਂ ਦਾ ਪਿਆਰ ਦੇਖੋ, ਇਹਨੂੰ ਦੇਖ ਕੇ ਬਖਲਾਟ ਹੋ ਗਈ। ਉਹ ਆਪਣੇ ਦਾਦਾ ਜੀ ਦੀ ਲਾ ਲੈਣ ਯਾਰ, ਦਾਦਾ ਜੀ ਸਰਕਾਰਯੋਗ ਆ। ਮੈਂ ਤਾਂ ਸਵੇਰ ਦਾ ਹੀ ਤੁਹਾਡੇ ਨਾਲ ਬੀਜੇਪੀ ਨੇ ਟਿਕਟ ਦਿੱਤਾ ਤੇ ਅੱਜ ਬੀਜੇਪੀ ਦੀ ਜਿਹੜੀ ਉਹ ਸਾਰੀ ਲੀਡਰਸ਼ਿਪ, ਰੂਪਾਲੀ ਸਾਹਿਬ ਜਿਹੜੇ ਮੁੱਖ ਮੰਤਰੀ ਗੁਜਰਾਤ ਦੇ, ਉਹ ਆਪ ਜਿਹੜੇ ਇੰਚਾਰਜ ਨੇ ਉਹ ਨੋਮੀਨੇਸ਼ਨ ਕਰਾਉਣ ਆਏ ਆ ਤੇ ਬੜਾ ਹੀ ਉਤਸ਼ਾਹ। ਤੁਸੀਂ ਆਪ ਦੇਖ ਲਿਆ, ਕਦੇ ਦੇਖਿਆ ਇੰਨਾ? ਤੁਸੀਂ ਦੱਸ ਦਿਓ, ਮੀਡੀਆ ਨੇ ਕਦੇ ਦੇਖਿਆ ਇੰਨਾ? ਆਪਾਂ ਕਾਂਗਰਸ 'ਚ ਵੀ ਨੋਮੀਨੇਸ਼ਨ ਫਾਈਲ ਕਰਦੇ ਸੀ, ਅਕਾਲੀ ਵੀ ਕਰਦੇ ਆ ਤੇ ਲੋਕ ਬਾਹਰੋਂ ਗੱਡੀਆਂ ਲੈ ਕੇ 100-100 ਜ਼ਿਲ੍ਹੇ ਪ੍ਰਧਾਨ ਲੈ ਕੇ ਉਰੇ ਆਉਂਦੇ ਆ। ਆਹ ਦੇਖ ਲਓ, ਸਾਰਾ ਲੁਧਿਆਣਾ ਇੱਕ ਪਾਸੜਾ ਹੋ ਗਿਆ, ਇੱਕ ਪਾਸਾ। ਉਹ ਤਾਂ ਦੇਖੋ, ਉਹ ਤਾਂ ਨਿੱਜੀ ਗੱਲਾਂ ਨੇ। ਆਹ ਦੇਖੋ, ਥੈਂਕ ਯੂ ਜਿਹੜੀ ਧਾਰਮਿਕ ਗੱਲਾਂ ਨੇ ਉਹ ਤਾਂ ਆਪਣੀਆਂ ਅੰਦਰ ਆਤਮਾ ਦੀਆਂ ਗੱਲਾਂ, ਇਹ ਪ੍ਰਤੀਕ ਆ ਵੀ ਜਿੰਨਾ ਚਿਰ ਸਾਹ ਏ ਉਹਨਾਂ ਚਿਰ ਪੰਜਾਬ ਦੀ ਅਮਨ ਸ਼ਾਂਤੀ ਕਦੇ ਭੰਗ ਨਹੀਂ ਹੋਣ ਦਿੱਤੀ ਜਾਊਗੀ ਜਿੰਨਾ ਚਿਰ ਸਰਦਾਰ ਬੇਅੰਤ ਸਿੰਘ ਦਾ ਮੇਰੇ ਸਿਰ ਤੇ ਆਸ਼ੀਰਵਾਦ ਹੈ। ਇੰਨੀ ਜ਼ੋਰ ਜਮਾਈ ਹੁੰਦੀ ਮੀਡੀਆ ਦੇ ਚੈਨਲਾਂ ਤੇ ਹੋ ਰਹੀ ਆ ਤੇ ਇਸ ਇਹ ਤੁਹਾਨੂੰ ਵੀ ਵਧਾਈ ਆ। ਮੈਂ ਸਮਝਦਾ ਅੱਜ ਬਹੁਤ ਹੀ ਖੁਸ਼ੀ ਦਾ ਦੇਣਾ, ਤੁਸੀਂ ਹਜ਼ਾਰਾਂ ਦੀ ਗਿਣਤੀ। ਮੈਂ ਆਪਣੀ ਅੱਜ ਤੱਕ ਕਾਗਜ਼ ਭਰੇ ਨੇ, ਮੈਂ ਆਪਣੀ ਜਿੰਨਾ ਮੇਰਾ ਜੀਵਨ ਆ ਸਿਆਸਤ
ਮੈਂ ਇੰਨਾ ਜੋਸ਼ ਤੇ ਇੰਨਾ ਵਰਕਰ ਸੜਕਾਂ ਤੇ ਨਹੀਂ ਦੇਖਿਆ, ਕਾਰੀਕਰਤਾ ਨਹੀਂ ਦੇਖਿਆ ਜੋ ਅੱਜ ਜੋਸ਼ ਲੁਧਿਆਣੇ ਦੇ ਵਿੱਚ ਦੇਖਿਆ। ਇੰਨੀ ਮਾਤਰ ਸ਼ਕਤੀ, ਇੰਨੀਆਂ ਸਾਡੀਆਂ ਮਾਵਾਂ ਭੈਣਾਂ, ਇੰਨਾ ਯੂਥ, ਮੈਂ ਸਮਝਦਾ ਇਹ ਰਿਕਾਰਡ ਤੋੜ ਅੱਜ ਲੁਧਿਆਣੇ 'ਚ ਇਹ ਤੁਸੀਂ ਵੀ ਕਵਰ ਕਰਦਿਆਂ ਨੂੰ ਤੁਹਾਨੂੰ ਵੀ ਬਹੁਤ ਟਾਈਮ ਹੋ ਗਿਆ ਤੇ ਤੁਸੀਂ ਅੱਜ ਦਾ ਇਹ ਲੋਕਾਂ ਦਾ ਐਡਾ ਵੱਡਾ ਪਿਆਰ, ਐਡੀ ਵੱਡੀ ਸਪੋਰਟ, ਐਡਾ ਵੱਡਾ ਹੰਗਾਰਾ, ਮੈਂ ਸਮਝਦਾ ਮੈਂ ਅੱਜ ਲੋਕਾਂ ਦਾ ਕਰਜਈ ਪਹਿਲਾਂ ਹੀ ਸੀ, ਅੱਜ ਤਾਂ ਮੈਂ ਰਿਣੀ ਹੋ ਗਿਆ ਲੋਕਾਂ ਦਾ, ਮੈਂ ਅੱਜ ਸਮਝ ਲਓ ਉਹਨਾਂ ਦਾ ਹੀ ਹੋ ਗਿਆ ਜ਼ਿੰਦਗੀ 'ਚ ਪਲ ਪਲ, ਮੈਂ ਸਮਝਦਾ ਜ਼ਿੰਦਗੀ ਦਾ ਜਿਹੜਾ ਮੇਰਾ ਹੈਗਾ ਉਹ ਉਹਨਾਂ ਦੇ ਲਿਖੇ ਆ। ਸਰ ਅੱਜ ਨੋਮੀਨੇਸ਼ਨ ਪਰਿਵਰਤਨ ਟਾਈਮ ਬਹੁਤ ਲੱਗ ਗਿਆ, ਉਹ ਕਈ ਗੱਲਾਂ ਨੇ ਜਿਹੜੀਆਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਕਲੀਅਰ ਹੋ ਜਾਣਗੀਆਂ। ਸਰਕਾਰ ਬੜੇ ਹੱਥਕੰਡੇ ਅਪਣਾਉਂਦੀ ਆ, ਬੜੀਆਂ ਗੱਲਾਂ ਜਿਹੜੀਆਂ ਕੀਤੀਆਂ ਸਾਰੀਆਂ ਤੁਸੀਂ ਦੇਖੀਆਂ ਹੈ ਵੀ ਕਿਸ ਤਰੀਕੇ ਨਾਲ ਉਹ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਆਪਣੇ ਆਪ ਹੀ ਸਾਰੀਆਂ ਗੱਲਾਂ ਪਤਾ ਲੱਗ ਗਈਆਂ। ਕਰ ਤਾਂ ਅੱਜ ਦੇਖੋ ਸਰਕਾਰ ਨੇ ਇਹ ਕਹਿਤਾ ਵੀ ਇਹ ਘਰ 10 ਸਾਲ ਦਾ ਜਿਹੜਾ ਇਹ ਉਹ ਇਹਦਾ ਪਤਾ ਨਹੀਂ ਕੀ ਕੁਛ ਕੀ ਮਨਸੂਬੇ ਸੀ ਕੀ ਨਹੀਂ, ਉਹ ਘਰਾਂ ਦੀ ਕੀ ਗੱਲ ਆ, ਘਰ ਥੋੜ੍ਹੇ। ਪਰ ਇਹਨਾਂ ਨੇ ਸੋਚਿਆ ਜੇ ਜੇ ਅੱਧੀ ਰਾਤ ਨੂੰ 12:18 'ਤੇ ਮੈਨੂੰ ਇੱਕ ਨੋਟਿਸ ਆਉਂਦਾ ਹੈ ਵੀ ਤੁਹਾਡਾ ਜਿਹੜਾ ਕਰੋੜਾਂ ਰੁਪਈਆ ਹੈ ਉਹ ਵਿੱਚ ਐਡ ਕਰਕੇ ਉਹਨਾਂ ਨੇ ਭੇਜਤਾ। ਅੱਜ ਤੱਕ ਮੈਂ 2 ਵਾਰ ਇੱਥੋਂ ਨੋਮੀਨੇਸ਼ਨ ਫਾਈਲ ਕਰ ਚੁੱਕਿਆ, 1 ਵਾਰ 17 'ਚ, 1 ਵਾਰ 19 'ਚ। ਅੱਜ ਤੱਕ ਉਹਦੇ ਬਾਰੇ ਕੋਈ ਵੀ ਕਿਸੇ ਨੇ ਕੋਈ ਮੈਨੂੰ ਨਾ ਦੱਸਿਆ ਸੀ ਨਾ ਹੀ ਨਹੀਂ ਦੱਸਿਆ ਸੀ, ਪਰ ਅੱਜ 2 ਕਰੋੜ ਰੁਪਈਆ ਜਿਹੜਾ ਹੈ ਉਹ ਉਹਨਾਂ ਨੇ ਇਹਦਾ ਕਿਰਾਇਆ ਬਣਾ ਕੇ ਭੇਜਤਾ। ਉਹ ਠੀਕ ਆ, ਪਰ ਆਪਾਂ ਆਪਣੀ ਜ਼ਮੀਨ ਜਿੰਨੀ ਕੁ ਮੇਰੇ ਕੋਲ ਸੀਗੀ ਉਹ ਗਹਿਣੇ ਰੱਖੀ ਅਤੇ ਜ਼ਮੀਨ ਨਾਲ ਉਹਦੇ ਪੈਸੇ ਜਿੰਨੇ ਆਏ ਮੇਰੇ ਕੋਲੋਂ, ਜਿੰਨੇ ਮੇਰੇ ਰਿਸ਼ਤੇਦਾਰ ਦੋਸਤਾਂ ਤੋਂ ਮੈਂ ਲੈ ਰੱਖਿਆ ਜਾਂ ਕਿਸੇ ਹੋਰ ਤੋਂ ਲਏ ਜਿਨ੍ਹਾਂ ਨੂੰ ਪੈਸੇ, ਕਿਉਂਕਿ ਹਰ ਕੋਲ ਇੰਨੇ ਪੈਸੇ ਨਹੀਂ ਹੁੰਦੇ, ਅਤੇ ਉਹ ਜ਼ਮੀਨ ਆ ਜਿਹੜੀ ਉਹ ਗਹਿਣੇ ਰੱਖ ਕੇ ਪੈਸੇ ਮੈਂ ਇਕੱਠੇ ਕੀਤੇ ਅਤੇ ਅੱਜ ਸਵੇਰੇ ਮੈਂ ਉਹ ਜਮ੍ਹਾਂ ਕਰਾਏ ਆ। ਅਤੇ ਅੱਜ ਘਰ ਦੀ ਬਜਾਏ, ਕਿਉਂਕਿ ਇਹਦੇ ਪਿੱਛੇ ਕੀ ਕੰਮ ਆ ਕੀ ਨਹੀਂ ਆ ਮੈਨੂੰ ਨਹੀਂ ਪਤਾ, ਮੈਂ ਤਾਂ ਇੱਕ ਤੰਬੂ 'ਚ ਵੀ ਰਹਿ ਲੈਣਾ 1.5 ਸਾਲ ਪਿਆ ਰਿਹਾ, ਮੈਂ ਅੱਜ ਤੋਂ ਨਾ ਗੱਡੀ 'ਚ ਪੈ ਜੂੰਗਾ ਜਾਂ ਮੈਂ ਜਾ ਕੇ ਆਪਣੇ BJP ਦੇ ਦਫ਼ਤਰ 'ਚ ਪੈ ਜੂੰਗਾ। ਪਰ ਇਹ ਆਉਣ ਵਾਲੇ ਦਿਨਾਂ 'ਚ ਕੀ ਹੋਇਆ ਕੀ ਨਹੀਂ ਹੋਇਆ ਇਹ ਤੁਹਾਨੂੰ ਵੀ ਪਤਾ ਹੈ, ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ। 10 ਸਾਲ ਮੈਨੂੰ ਉਸ ਘਰ 'ਚ ਹੋ ਗਏ ਰਹਿੰਦੇ ਨੂੰ, ਮੈਨੂੰ ਕੋਈ ਨੋਟਿਸ ਨਹੀਂ, ਮੈਨੂੰ ਕੋਈ ਜਾਣਕਾਰੀ ਨਹੀਂ। ਉਸ ਘਰ ਦੇ ਵਿੱਚ ਸਰਕਾਰਾਂ ਜਿਹੜੀਆਂ, ਤੀਜੀ ਸਰਕਾਰ ਆਈ ਹੋਈ ਆ ਅਕਾਲੀ ਦਲ, ਉਸ ਵੇਲੇ ਮੈਨੂੰ ਅਲਾਟ ਕੋਠੀ ਉਸ ਵੇਲੇ ਦਿੱਤੀ ਸੀ, ਹੁਣ ਉਹਦੇ ਵਿੱਚ ਕੀ ਕੀਤਾ, ਕਾਗਜ਼ ਕੀ ਕੀਤੇ ਕੀ ਨਹੀਂ ਕੀਤੇ, ਪਰ ਉਹ ਜਦੀ ਇਲੈਕਸ਼ਨ ਦੇ ਵੇਲੇ ਕਿਉਂ ਹੋਇਆ, ਇਲੈਕਸ਼ਨ ਤੋਂ 1 ਦਿਨ ਪਹਿਲਾਂ ਕਿਉਂ ਹੋਇਆ, ਅਤੇ ਉਸ ਕਰਕੇ ਬਿਜਲੀ ਦੇ ਪਾਣੀ ਦੇ ਸਾਰੇ ਬਿੱਲ ਭਰਦੇ ਰਹੇ, ਉਹ ਲੈਂਦੀ ਵੀ ਰਹੀ, ਉਹ ਬਿਜਲੀ ਬੋਰਡ ਮਹਿਕਮਾ ਲੈਂਦਾ ਰਿਹਾ, ਪਾਣੀ ਦੇ ਬਿੱਲ ਜਿਹੜੀ ਆ ਉਹ ਵਾਟਰ ਕਾਰਪੋਰੇਸ਼ਨ ਆ ਜਾਂ ਜਿਹੜਾ ਵੀ ਵਾਟਰ ਸਪਲਾਈ ਉਹ ਲੈਂਦਾ ਰਿਹਾ, ਅਤੇ ਉਹਦਾ ਜਦੋਂ ਵੀ ਕੋਈ ਰਿਪੇਅਰ ਕੀਤੀ ਉਹ ਵੀ ਕਾਰਪੋਰੇਸ਼ਨ ਨੇ ਕੀਤੀ। ਪਰ ਅੱਜ ਇੱਕ ਮਹਿਲ ਜਿਹੜਾ ਅਲੀਸ਼ਾਨ ਮਹਿਲ ਹੁੰਦਾ, ਜਿਹੜਾ ਰਾਜੇ ਮਹਾਰਾਜਿਆਂ ਦਾ ਮਹਿਲ ਹੁੰਦਾ, ਜਿਵੇਂ ਉਸ ਤਰੀਕੇ ਉਹਦਾ 1 ਲੱਖ ਰੁਪਈਆ ਜਿਹੜਾ 1 ਮਹੀਨੇ ਦਾ ਜਿਹੜਾ ਉਹ ਰੈਂਟ ਲਾ ਕੇ ਉਦੋਂ ਉਹਨੂੰ ਡਬਲ ਕਰਕੇ, ਮਤਲਬ ਕਹਿਣ ਦਾ 2 ਲੱਖ ਰੁਪਈਆ ਮਹੀਨੇ ਦਾ ਬਿੱਲ ਬਣਾ ਕੇ ਮੈਨੂੰ 2 ਕਰੋੜ, ਉਹ ਵੀ 12:15 ਵੀ ਕੋਈ ਰਾਹ ਨਾ ਰਹਿ ਜਾਵੇ, ਕੋਈ ਸਵੇਰੇ ਕਾਗਜ਼ ਭਰਨ ਜਦੋਂ ਬੈਂਕ ਖੁੱਲ੍ਹਣਗੇ
ਉਸ ਵੇਲੇ ਕਿੱਥੋਂ ਇਹ ਪੈਸੇ ਲੈਣਗੇ, ਕਿੱਥੋਂ ਇਹ ਜਮ੍ਹਾਂ ਕਰਾਉਣਗੇ ਅਤੇ ਕਾਗਜ਼ ਜਿਹੜੇ ਉਹ ਇਹਨਾਂ ਦੇ ਰੱਦ ਕਰ ਦਾਂਗੇ। ਇੰਨੇ ਡਰੇ ਹੋਏ ਨੇ, ਇੰਨੇ ਘਬਰਾਏ ਹੋਏ ਨੇ। ਇਹੋ ਜੀ ਮੈਂ ਸਮਝਦਾ ਇਹ ਦੋਨੋਂ ਕਾਂਗਰਸ ਪਾਰਟੀ ਅਤੇ ਇਹ ਆਮ ਆਦਮੀ ਪਾਰਟੀ ਵਾਲੇ ਯਾਰ ਲੜਾਈ ਲੜਨੀ ਆ, ਹਿੱਕ ਠੋਕ ਕੇ ਲੜੋ, ਮੂਹਰੇ ਆ ਕੇ ਲੜੋ। ਇਸ ਕਰਕੇ ਤੁਸੀਂ ਵੀ ਤਾਂ ਰੋਜ਼ ਉਦਣ ਦੇ, ਅੱਜ ਕੇਜਰੀਵਾਲ ਨੂੰ ਬੇਲ ਮਿਲ ਗਈ, ਬਾਹਰ ਆ ਗਿਆ, ਅੰਦਰ ਚਲਿਆ ਗਿਆ, ਇਹ ਦਿਨ ਤਾਂ ਤੁਸੀਂ ਤੁਸੀਂ ਕਿਹੋ ਜਿਹੀ ਗੰਦੀ ਰਾਜਨੀਤੀ ਕਰਨ ਲੱਗ ਗਏ ਵੀ ਇਸ ਤਰੀਕੇ ਨਾਲ ਤੁਸੀਂ ਕਰੋਗੇ। ਜਿਹੜਾ ਲੋਕਾਂ ਦੇ ਵਿੱਚ ਵੱਸਦਾ ਲੋਕ ਉਹ ਫਤਵਾ ਹੈ ਜਿਹੜਾ ਉਹ ਆਪਣੇ ਆਪ ਇੱਕ ਤਰੀਕ ਨੂੰ ਦੇਣਗੇ। ਪਰ ਅੱਜ ਮੈਂ ਮੰਜਾ ਆਪਣਾ ਜਿਹੜਾ ਹੈ ਉਹ ਚੱਕ ਕੇ ਬੀਜੇਪੀ ਦੇ ਦਫ਼ਤਰ 'ਚ ਲੈ ਕੇ ਜਾਊਂਗਾ ਜਾਂ ਕਿਤੇ ਗੱਡੀ ਦੇ ਵਿੱਚ ਸੌਂਗਾ। ਅੱਜ ਇਹ ਹਾਲਾਤ ਨੇ ਆਮ ਆਦਮੀ ਪਾਰਟੀ ਦੇ, ਇਹਦੇ ਪਿੱਛੇ ਕੀ ਉਹ ਆ, ਕੀ ਮਨਸੂਬੇ ਆ, ਉਹ ਮੈਂ ਹਜੇ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਮਾਮਲਾ ਹੈ ਅਤੇ ਜਦੋਂ ਆਉਣ ਵਾਲੇ 15 ਤਰੀਕ ਤੋਂ ਬਾਅਦ ਤੁਹਾਡੇ ਨਾਲ ਸਾਰੀਆਂ ਗੱਲਾਂ ਇਹ ਕਰਾਂਗੇ। ਜੇ ਕੋਈ ਚੋਰ ਚੱਕਾ ਜੇ ਉਹਨੂੰ ਬੇਲ ਮਿਲ ਜਾਂਦੀ ਆ ਤੇ ਫਿਰ ਉਹਦੇ ਬਾਹਰ ਆਏ ਤੇ ਕੀ ਅਸਰ ਹੁੰਦਾ ਜੀ? ਉਹਨੇ ਦੁਬਾਰਾ ਠੱਗੀ ਮਾਰਨੀ ਆ ਫਿਰ ਅੰਦਰ ਹੋ ਜਾਣਾ। ਇਹ ਤਾਂ ਬੇਲ ਮਿਲਣੀ ਇਹ 'ਚ ਕੀ ਹੈ? ਇਹ ਤਾਂ ਜਿਹੜਾ ਕਰਪਟ ਬੰਦਾ ਹੈ ਉਹਨੇ ਅੰਦਰ ਤਾਂ ਰਹਿਣਾ ਹੀ ਨਹੀਂ ਹੁੰਦਾ ਸਦਾ, ਬਾਹਰ ਤਾਂ ਉਹਨੇ ਬੇਲ 'ਤੇ ਆਉਣਾ ਹੀ ਹੁੰਦਾ। ਠੱਗੀ 'ਚ ਫਸ ਜਾਊਗਾ ਫਿਰ ਅੰਦਰ ਚਲੇ ਜਾਊਗਾ। ਫਾਈਲ ਤਾਂ ਹੀ ਉਹ ਲੈਂਦੇ ਆ, ਜਿਹੜੀ ਜਿਹੜੀ ਵੀ ਕੋਈ ਕਮੀ ਹੋਊਗੀ ਜਾਂ ਜਿਹੜੀ ਵੀ ਹੁੰਦੀ ਆ ਉਹ 15 ਤਰੀਕ ਤੱਕ ਪੂਰੀ ਹੋ ਜਾ ਸਕੇ।